ਮਾਮਲਾ ਗੁਰਦਾਸਪੁਰ ਪੁਲਿਸ ਅਧੀਨ ਪੈਂਦੇ ਕਸਬਾ ਕਾਨੂਵਾਲ ਦਾ ਸਾਹਮਣੇ ਆਇਆ, ਜਿੱਥੇ 500 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਦੋ ਧੜਿਆਂ ਦੇ ਵਿਚਕਾਰ ਹੋਏ ਝਗੜੇ ਦੌਰਾਨ ਇੱਕ 19 ਸਾਲਾ ਨੌਜਵਾਨ ਰਾਜਨ ਮਸੀਹ ਦੀ ਮੌਤ ਹੋ ਗਈ ਹੈ, ਜਦਕਿ ਉਸਦਾ ਪਿਤਾ ਬਲਵਿੰਦਰ ਮਸੀਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਦੇ ਲਈ ਪਹਿਲਾਂ ਸਰਕਾਰੀ ਹਸਪਤਾਲ ਕਾਨੂਵਾਲ ਵਿਖੇ ਲਿਜਾਇਆ ਗਿਆ, ਪਰ ਉਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਹੋਇਆਂ ਡਾਕਟਰਾਂ ਨੇ ਉਸਨੂੰ ਸਿਵਲ ਹਸਪਤਾਲ ਗੁਰਦਾਸਪੁਰ ਰੈਫਰ ਕਰ ਦਿੱਤਾ, ਜਿੱਥੇ ਉਸਨੂੰ ਅੰਮ੍ਰਿਤਸਰ ਦੇ ਲਈ ਉਚੇਚੇ ਇਲਾਜ ਦੇ ਲਈ ਰੈਫਰ ਕੀਤਾ ਗਿਆ। ਇਸ ਲੜਾਈ ਝਗੜੇ ਦੌਰਾਨ ਇੱਟਾਂ ਰੋੜਿਆਂ ਦੀ ਖੂਬ ਵਰਤੋਂ ਹੋਈ ਹੈ। ਗੁਰਦਾਸਪੁਰ ਤੋਂ ਵਿੱਕੀ ਮਲਿਕ ਦੀ ਰਿਪੋਰਟ। ਪਤਾ ਲੱਗਿਆ ਕੀ ਗੱਲਬਾਤ ਕੀ ਹੋਈ ਹੈ? 100 ਰੁਪਏ ਲੈਣਾ ਹੈ ਸੌ ਰੁਪਏ ਲੈਣਾ ਹੈ ਮੁੰਡਾ ਹਾਂਜੀ 100 ਰੁਪਏ ਲੈਣਾ ਹੈ 100 ਰੁਪਏ ਅੱਛਾ ਉਹ ਘਰ ਰੁਕਿਆ ਮੁੰਡਾ ਘਰ ਵਾਲੇ ਮੁੰਡੇ ਆਣ ਕੇ ਪੈ ਗਏ ਉਹ ਤੇ ਕਹਿੰਦੇ ਪੀ ਇਹ ਕਹਿੰਦਾ ਸਨਿੰਦਰ ਦੀ ਇਹਦਾ ਨਾਂ ਕੀ ਮੁੰਡੇ ਦਾ ਰਾਜਨ ਹਰੇ ਦਾ ਨਾਂ ਰਾਜ
ਇੱਥੇ ਸੱਤਾ ਸੱਤਾ ਹੀ ਕਹਿੰਦੇ ਆ। ਤੇ ਝਗੜਾ ਸਵੇਰੇ ਕਿੰਨੇ ਇਹ 6:30 ਸਾਡੇ ਵਿੱਚ ਮੁੜ ਕੇ ਆ ਗਏ ਘਰੋਂ, ਪਹਿਲਾਂ ਤੇ ਹਟਾਤਾ ਸੀਗਾ। ਅੱਛਾ, ਫੇਰ ਆ ਗਏ ਘਰੋਂ ਦੋਵੇਂ ਭਰਾ। ਤੇ ਝਗੜਾ ਕਿੰਨਾਂ ਨਾਲ ਹੋਇਆ? ਉਹ ਸੱਤੇ ਦੇ ਮੁੰਡੇ ਨਾਲ ਹੀ, ਰਾਜਨ ਜਿਹੜਾ ਮਰਿਆ। ਨਹੀਂ, ਦੂਜੀ ਪਾਰਟੀ ਜਿਹੜੇ ਹੈਗੇ ਉਹ ਪਰਲੇ ਪਰਲੇ ਘਰ ਆ, ਉਹਨਾਂ ਦਾ ਕੀ ਨਾਮ ਪਤਾ? ਹਾਂਜੀ, ਉਹਨਾਂ ਰਵੀ ਸਿੰਘ, ਉਹਦੇ ਪਿਓ ਦਾ ਨਾਂ ਰਵੀ ਮਸੀਹ। ਤੇ ਆਪ? ਆਪ ਉਹਨੂੰ ਮੋਟਾ ਮੋਟੇ ਕਹਿੰਦੇ ਇੱਧਰ। ਤੇ ਕਿੰਨੇ ਜਾਣੇ ਸੀ ਉਹ? ਦੋ ਜਾਣੇ ਸੀਗੇ ਤੇ ਮਾਂ ਉਤਰਾ ਆਈ ਆ ਮਗਰ ਦੌੜੀ। ਅੱਛਾ ਅੱਛਾ, ਇੱਟਾਂ ਰੋੜਿਆਂ ਨਾਲ ਲੜਾਈ ਹੋਈ ਜਾਂ ਕਿਰਪਾਨ ਰੋੜਿਆਂ ਨਾਲ ਹੀ ਲੜਾਈ ਹੋਈ? ਕੀ ਨਾਂ ਤੁਹਾਡਾ? ਕੀ ਨਾਂ ਤੇਰਾ? ਮੇਰਾ ਨਾਂ ਸੁਖਵਿੰਦਰ। ਸੁਖਵਿੰਦਰ ਮਸੀਹ, ਕੀ ਗੱਲ ਕੀ ਹੋਈ ਹੈ ਭਲਾ? ਇੱਥੇ ਗਾਲਾਂ ਗੁਲਾਂ ਕਰਦੇ, ਇੱਟਾਂ ਰੋੜੇ 'ਚ ਲਾਏ, ਇੱਟ ਉਹਦੇ ਮੇਰੇ ਭਰਾ ਦੇ ਜਿਹੜਾ ਜਿਹਦੀ ਦਰਦ ਹੋਈ ਹੈ ਨਾ ਰਾਜਨ ਦੀ। ਅੱਛਾ, ਅਤੇ ਡੈਡੀ ਦਾ ਇੱਥੇ ਸਿਰ 'ਤੇ ਰੋੜਾ ਵੱਜਾ। ਅੱਛਾ, ਡੈਡੀ ਮਸੀਰੀਆ 'ਚ ਕਰਤਾਰਪੁਰ ਲੈ ਗਏ ਆ। ਕੀ ਨਾਮ ਮੁੰਡੇ ਦਾ? ਕੀ ਨਾਮ ਆ ਜਿਹੜਾ? ਹਾਂਜੀ, ਰਾਜਨ। ਹਾਂਜੀ, ਰਾਜਨ ਹੀ ਜਿਹਦੀ ਦਰਦ ਹੋ ਗਈ। ਉਹਦਾ ਪਿਓ ਦਾ ਕੀ ਨਾਮ ਆ? ਬਲਵਿੰਦਰ ਸਿੰਘ। ਬਲਵਿੰਦਰ, ਕਿੰਨੀ ਕੁ ਉਮਰ ਸੀਗੀ ਉਹਦੀ? ਭਰਾ ਫਿਰ 22 ਸਾਲ। 22 ਸਾਲ ਵਿਆਹ ਸੀ ਕਿ ਇੱਕ ਵਾਰ? ਇੱਕ ਵਾਰ ਹੀ ਅਜੇ। ਅੱਛਾ, ਕੀ ਕੰਮ ਕੀ ਕਰਦਾ ਸੀਗਾ? ਕੰਮ ਹੀ ਕਰਦੇ ਹਾਂ, ਕਮਰੇ ਕਮਰੇ ਢੋਣੇ ਤੋਂ ਕਰ ਪਰਾਂਗੇ। ਅੱਛਾ, ਤੇ ਝਗੜਾ ਕਿਹੜੀ ਗੱਲ ਤੋਂ ਹੋਇਆ ਵਾ? ਇਹ ਉਹੀ ਗਾਲਾਂ ਗੁਲਾਂ ਕੱਢਦੀ, ਹੋਰ ਤੇ ਨਹੀਂ ਗੱਲ ਹੋਈ। ਕਿੰਨਾ ਨਾਲ ਝਗੜਾ ਆ ਵਾ? ਰਵੀ ਦੇ ਨਿਆਣਿਆਂ ਨਾਲ, ਭੋਲਾ ਤੇ ਮੋਟਾ। ਨਹੀਂ, ਉਹਦਾ ਨਾਂ ਕੀ ਸੀਗਾ ਜਿਹੜਾ ਆਇਆ ਮੁੰਡਾ ਜਿਹਦੇ ਨਾਲ ਝਗੜਾ ਹੋਇਆ? ਰਵੀ? ਰਵੀ ਦੇ ਮੁੰਡੇ ਆ, ਮੁੰਡੇ ਨਹੀਂ ਰਾਜ ਦੇ ਮੁੰਡੇ। ਅੱਛਾ, ਰਾਜ ਵਿੱਚ ਇਹੀ ਕਹਿੰਦੇ ਤੂੰ ਨਹੀਂ ਮਰ ਜਾਣਾ ਪਿੱਟ ਦੀ। ਅੱਛਾ, ਜਿਹਦੇ ਘਰੇ ਆਣ ਕੇ ਲੜੇ ਤੁਹਾਡੇ? ਨਹੀਂ, ਕਿਸੇ ਗੱਲ ਤੋਂ ਝਗੜਾ ਤੇ ਹੋਣਾ ਹੀ ਆ ਨਾ? ਕੋਈ ਗੱਲ ਤੇ ਹੋਰ ਗੱਲ ਕੋਈ ਨਹੀਂ, ਮੈਂ ਗਾਲਾਂ ਕੱਢਦੇ ਹੀ ਆ ਕੇ ਸਾਡੇ ਘਰ ਦੇ ਗਾੜੀ ਆ ਕੇ ਤੇ ਗਾਲਾਂ ਕੱਢਣ ਦੇ ਆਏ ਸਵੇਰੇ ਸਵੇਰੇ। ਅੱਛਾ, ਹਾਂਜੀ। ਤੇ ਕਿੰਨੇ ਜਾਣੇ ਸੀ ਉਹ? 2 ਜਾਣੇ ਆਏ। ਤੇ ਕਦੇ ਨਾ ਮਾਰੇ ਕਦੇ ਨਾ ਉਹ? ਰੋੜੇ ਮਾਰਿਆ, ਇੱਟ ਮਾਰੀ, ਸਿੱਟ ਵੱਜੀ, ਸਿੱਟ ਵੱਜੀ ਇੱਥੇ ਪਿੱਛੇ। ਠੀਕ, ਮਾਰੀ ਨਾਲ ਹੀ ਹੈ। ਕਿਹਦੀ? ਮਾਂ ਦਾ ਕੀ ਨਾਂ ਸੀ? ਜਿਹਦਾ ਕੀ ਨਾਂ ਪੁੱਤ? ਮੇਰਾ ਨਾਂ ਸਾਜਨ। ਸਾਜਨ ਮਸੀਹ, ਇਹ ਕਿੰਨੇ ਵਜੇ ਪੁੱਤ ਗੱਲ ਹੋਈ ਆ? ਇਹ 7 ਵਜੇ ਦੀ ਹੋਈ ਆ। ਕੀ ਗੱਲ ਕੀ ਹੋਈ ਆ?
ਗੱਲ ਕੋਈ ਨਹੀਂ ਜੀ, ਆ ਕੇ ਇੱਥੇ ਬਸ ਸਾਡੇ ਘਰ ਦੇ ਬੂਹੇ ਖਲੋਤਿਆ ਗਾੜੀ ਤਾਂ ਅਸੀਂ ਇਹਨੂੰ ਕਿਹਾ ਵੀ ਪਰੇ ਹਟ ਦਿਓ ਅਤੇ ਗਾੜੀਓ ਪਰੇ ਨਾ ਹਟੇ ਅਤੇ ਮੇਰਾ ਡੈਡੀ ਕਹਿੰਦਾ ਨਹੀਂ ਅਸੀਂ ਕਹਿੰਦਾ ਇੱਥੇ ਖਲਾਉਣਾ ਵਾ ਆਉਂ ਜਾਊਂ ਫਲਾਂ ਢਿੰਗ ਮੇਰੇ ਡੈਡੀ ਦੇ ਹੱਥੀ ਪੈਣ ਲੱਗਾ ਅਤੇ ਅਸੀਂ ਫਿਰ ਫੜ ਕੇ ਕੁੱਟਿਆ ਇਹਨੂੰ ਅਤੇ ਬਾਅਦ 'ਚ ਰੋੜੇ ਮਾਰਨ ਦਿਆ ਫਿਰ ਇਹਨਾਂ ਨੇ ਮੇਰਾ ਥੋੜ੍ਹਾ ਮਾਰਤਾ ਇੱਟ ਮਾਰ ਕੇ ਇੱਟ ਕਿੱਥੇ ਵੱਜੀ ਹੈ ਇੱਟ ਉਹਦੇ ਬੈਕ ਸਾਈਡ ਹੁਣ ਗੁਰਦਾਸਪੁਰ ਚਲੇ ਗਏ ਹਾਂਜੀ ਗੁਰਦਾਸਪੁਰ ਲੈ ਗਏ ਉਹ ਕਿੱਥੇ ਹਾਂਜੀ ਸਰ ਜੀ ਅੱਜ ਮਰਡਰ ਹੋਇਆ ਉਹਦੇ ਬਾਰੇ ਜਾਣਕਾਰੀ ਹਾਂਜੀ ਸਾਨੂੰ ਨਾ ਇੱਕ ਸਵੇਰੇ ਕਾਲ ਆਈ ਹੈ ਕਿ ਲੜਾਈ ਝਗੜਾ ਹੋਇਆ ਦੋ ਆਪਸ 'ਚ ਜਿਹੜੇ ਗੁਆਂਢੀ ਹੈ ਰਾਜਨ ਮਸੀ ਅਤੇ ਬਲਵਿੰਦਰ ਮਸੀ ਉਹਨਾਂ ਦਾ ਝਗੜਾ ਰੋਹਿਤ ਅਤੇ ਰਾਹੁਲ ਦੇ ਨਾਲ ਹੋਇਆ ਵਾ ਦੋਵੇਂ ਆਪਸ 'ਚ ਗੁਆਂਢੀ ਹੈਗੇ ਆ ਅਤੇ ਇੱਦਾਂ ਦੇ ਇੱਟਾਂ ਰੋੜੇ ਮਾਰੇ ਆ ਜਿਸ ਕਰਕੇ ਜਿਹੜਾ ਰਾਜਨ ਮਸੀ ਅਤੇ ਬਲਵਿੰਦਰ ਮਸੀ ਦੇ ਸੱਟਾਂ ਲੱਗਣ ਕਰਕੇ ਉਹਨਾਂ ਨੂੰ ਸਿਵਲ ਹੋਸਪਿਟਲ ਕਾਨੂੰਨਾਂ ਦਾਖਲ ਕਰਾਇਆ ਗਿਆ ਅਤੇ ਜਿਸ 'ਤੇ ਆਪਾਂ ਮੌਕੇ 'ਤੇ ਜਾ ਕੇ ਡਾਕਟਰ ਸਾਹਿਬ ਨੇ ਦੱਸਿਆ ਕਿ ਰਾਜਨ ਮਸੀ ਦੀ ਮ੍ਰਿਤ ਘੋਸ਼ਿਤ ਕੀਤਾ ਗਿਆ ਅਤੇ ਬਲਵਿੰਦਰ ਮਸੀ ਦੇ ਜ਼ਿਆਦਾ ਸੱਟਾਂ ਲੱਗਣ ਕਰਕੇ ਇਸ ਨੂੰ ਰੈਫਰ ਕੀਤਾ ਗਿਆ ਜੀ ਸਿਵਲ ਹੋਸਪਿਟਲ ਗੁਰਦਾਸਪੁਰ ਅਤੇ ਦੋਵਾਂ ਦਾ ਆਪਾਂ 'ਚ ਵਜ੍ਹਾ ਰੰਜ ਸੀ ਕਿ ਕੋਈ ਪੈਸੇ ਦਾ ਲੈਣ ਦੇਣਾ ਹੈਗਾ ਸੀ ਇਹਨਾਂ ਦਾ ਕਿੰਨੇ ਕੁ ਪੈਸੇ ਦੇ ਪੈਸੇ 500 ਰੁਪਏ ਦੀ ਕਹਿੰਦ ਕਿ ਲੈਣ ਦੇਣਾ ਹੈਗਾ ਸੀ ਇਹਨਾਂ ਦਾ ਹਾਂਜੀ ਅਤੇ ਆਪਾਂ ਮਤਲਬ ਇਹਨਾਂ 'ਤੇ FIR ਲੌਂਚ ਕਰਤੀ ਹੈ ਅਤੇ ਬਾਕੀ ਜਿਹੜਾ ਮ੍ਰਿਤਕ ਉਹਦੀ ਆਪਾਂ ਹੁਣ ਪੋਸਟਮਾਰਟਮ ਕਰਾ ਰਹੇ ਹਾਂ ਹਾਂਜੀ ਰੋਹਿਤ ਮਸੀਹ ਹੈ ਰਾਹੁਲ ਮਸੀਹ ਹੈ ਅਤੇ ਇੱਕ ਇਹਨਾਂ ਦੀ ਮਾਤਾ ਵਾ ਹਾਂਜੀ ਕਿਹੜੀ ਕਿਹੜੀ ਧਾਰਾ ਲੱਗੀ ਇਹ 'ਚ ਨਵਾਂ ਜਿਹੜਾ ਕਾਨੂੰਨ ਬਣਿਆ 103 BNS